ਵੀ ਇੱਕ ਪੁਲਿਸ ਸਟੇਸ਼ਨ ਬਾਜਾ ਖਾਨਾ ਜਿਹੜਾ ਆਪਣਾ ਹੈਗਾ, ਅਤੇ ਇੱਥੇ 30/7 2024 ਨੂੰ ਪੁਲਿਸ ਸਟੇਸ਼ਨ ਇੱਕ ਸਾਨੂੰ ਜਾਣਕਾਰੀ ਮਿਲੀ ਸੀ ਪਿੰਡ ਘਣੀਆਂ ਵਾਲੇ ਨਾਲ ਸੰਬੰਧਿਤ ਸੀ ਕਿ ਇੱਕ ਮ੍ਰਿਤ ਇੱਕ ਬੰਦੇ ਦੀ। ਪੰਜਾਬ 'ਚ ਉਦੋਂ ਤੋਂ ਰਿਸ਼ਵਤਖੋਰੀ ਅਤੇ ਗੈਰ ਕਾਨੂੰਨੀ ਕੰਮਾਂ 'ਤੇ ਠੱਲ ਪਈ ਹੈ, ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ। ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ, ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ। ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12,307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ। ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ। ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ, ਤਾਂ ਕਿਰਪਾ ਕਰਕੇ ਇਹੋ ਜਿਹੇ ਝਾਂਸਿਆਂ 'ਚ ਨਾ ਆਇਓ, ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਬਣਾਉਣਾ ਔਰ ਲੱਗੇ ਹੋਏ ਹਾਂ, ਦਿਨ ਰਾਤ ਲੱਗੇ ਹੋਏ ਹਾਂ। ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ। ਜੇ ਆ ਹੈਲਪ ਸੈਂਟਰ 'ਤੇ ਸਾਨੂੰ ਕੋਈ ਫੋਨ ਨਾ ਆਉਂਦਾ, ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ। ਜ਼ਰੂਰ ਦੱਸੋ, ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ, ਕਿਸੇ ਨੂੰ ਨਹੀਂ ਦੱਸਿਆ ਜਾਊਗਾ। ਲਾਸ਼ ਮਿਲੀ ਸੀ, ਜੱਸਾ ਨਾਮ ਦਾ ਵਿਅਕਤੀ ਸੀ, ਉਹਦੀ ਸਿਸਟਰ ਨੇ ਆ ਕੇ ਸਾਨੂੰ ਦੱਸਿਆ ਕਿ ਇਹ ਬੰਦੇ ਦੀ ਜਿਹੜੀ ਕਿ ਘਰੇ ਡੈੱਡ ਬੋਡੀ ਮਿਲੀ ਹੈ, ਅਤੇ ਉਹਦਾ ਇੱਦਾਂ ਲੱਗਦਾ ਜਿਹਦਾ ਕਤਲ ਹੋਇਆ ਸੀ। ਤਾਂ ਉਹਨੇ ਦੋ ਬੰਦਿਆਂ 'ਤੇ ਸ਼ੱਕ ਜ਼ਾਹਰ ਕੀਤਾ ਸੀ, ਇੱਕ ਤਾਂ ਉਹਦੀ ਰਿਸ਼ਤੇ 'ਚ ਭਾਬੀ ਲੱਗਦੀ ਹੈ ਅਤੇ ਇੱਕ ਹੋਰ ਬੰਦਾ ਸੀ, ਮੇਸ਼ਰੀ ਪਿੰਡ ਆਪਣੇ ਮੁੱਘ 'ਚ ਪੈਂਦਾ ਉਹਦੇ 'ਤੇ। ਅਤੇ ਕੁਝ ਅਨਨੋਨ 'ਤੇ ਫਿਰ ਅਸੀਂ ਜਿਹੜੀ ਆਪਣੀ BNS ਦੀ ਧਾਰਾ ਹੈਗੀ 103 ਉਹਦੇ ਅੰਡਰ ਮਰਡਰ ਦਾ ਪਰਚਾ ਦਰਜ ਕੀਤਾ ਸੀ, ਦੋ ਬੰਦੇ ਬਾਈ ਨੇਮ ਅਤੇ ਇੱਕ ਬਾਕੀ ਸੋਈ ਨਾਮ ਲੂਮਾਂ 'ਤੇ। ਉਹਦੇ 'ਚ ਅਸੀਂ ਜਿਹੜੀ ਲੇਡੀ ਤਾਂ ਹੈਗੀ ਆ ਉਹ ਤਾਂ ਅਗਲੇ ਦਿਨ ਹੀ ਆਪਾਂ ਉਹਨਾਂ ਨੂੰ ਅਰੈਸਟ ਕਰ ਲਿਆ ਸੀ, ਅਤੇ ਹੁਣ ਜਿਹੜੇ ਉਹਦੇ 'ਚ ਬਾਕੀ ਅਸੀਂ ਉਹਦੀ ਸਾਰੀ ਜਿਹੜੀ ਆਪਾਂ ਨੂੰ ਪਤਾ ਲੱਗੀ ਗੁੱਥੀ ਜਿਹੜੀ ਸੁਲਝੀ ਹੈਗੀ ਹੈ, ਉਹਦੇ 'ਚ 3 ਬੰਦੇ ਹੋਰ ਇਨਵੋਲਵਡ ਸੀ। ਇੱਕ ਤਾਂ ਕਰਨ ਗਿੱਲ ਸੀ ਜਿਹੜਾ ਬਾਈ ਨੇਮ FIR 'ਚ ਸੀ, ਅਤੇ ਬਾਕੀ ਦੋ ਨਾਲ ਹੋਰ ਬੰਦੇ ਸੀ, ਹਰਪ੍ਰੀਤ ਅਤੇ ਇੱਕ ਲਵਪ੍ਰੀਤ ਲਵ। ਇਹ ਬੰਦਿਆਂ ਨੇ ਜਾਣੀ ਕਿ ਰਲ ਕੇ ਇੱਕ ਜਿਹੜੀ, ਕਿਉਂਕਿ ਜਿਹੜੀ ਲੇਡੀ ਹੈਗੀ ਹੈ ਉਹਦਾ ਕਰਨ ਗਿੱਲ ਨਾਲ ਅਲੈਜਲੀ ਕੁਝ ਰਿਲੇਸ਼ਨ ਹੈਗੇ ਸਨ, ਉਹ ਫਿਰ ਇਹਨਾਂ ਨੇ ਉਸਨੂੰ ਬੰਦੇ ਨੂੰ ਜਾਣੀ ਕਿ ਰਸਤੇ ਤੋਂ ਹੰਢਾਉਣ ਦੇ ਚੱਲਦੇ ਕਰਨ ਗਿੱਲ ਨੇ ਸਾਰਾ ਕੀਤਾ ਸੀ ਆਪਣੇ ਆਹ ਸਾਥੀਆਂ ਦੋਵਾਂ ਨਾਲ ਰਲ ਕੇ। ਤਾਂ ਹੁਣ ਅਸੀਂ ਇਹਦੇ 'ਚ ਸਾਰੇ ਜਿਹੜੇ ਚਾਰੋਂ ਦੋਸ਼ੀ ਆ, ਇੱਕ ਤਾਂ ਆਈਡੈਂਟੀਫਾਈ ਵੀ ਹੋ ਗਿਆ, ਦੋ ਦੇ ਪਹਿਲਾਂ ਬਾਈ ਨੇਮ ਸੀ, ਬਾਕੀ ਇਹ ਅਰੈਸਟ। ਇਹਦਾ ਜੀ ਇਹਦਾ ਗਲਾਂ ਜਾਣੀ ਕਿ ਕੱਟ ਕੇ ਮਾਰਿਆ ਗਿਆ ਸੀ, ਇਹਨੂੰ ਦਾਤਰ ਨਾ ਮਾਰਿਆ ਸੀ, ਉਹ ਦਾਤਰ ਵੀ ਸਾਡੇ ਕੋਲੋਂ ਰਿਕਵਰ ਹੋ ਗਿਆ ਅਤੇ ਉਹਦੀ ਰਿਕਵਰੀ ਹੋ ਗਈ। ਕੁਛ ਜਾਂਦੇ ਹੋਏ ਫਿਰ ਉਹਦੀ ਆਈਡੈਂਟੀ ਮਿਟਾਉਣ ਲਈ ਜਾਂ ਉਹਦਾ ਪਰਸ ਵੀ ਨਾਲ ਹੀ ਚਲਾ ਗਿਆ ਮ੍ਰਿਤਕ ਦਾ, ਇਹਨਾਂ ਦਾ ਮ੍ਰਿਤਕ ਦਾ, ਉਹ ਵੀ ਸਾਨੂੰ ਇਹਨਾਂ ਕੋਲੋਂ ਰਿਕਵਰ ਹੋ ਗਿਆ। ਹਾਂਜੀ, ਇਹ ਮਰਡਰ ਦੀ ਧਾਰਾ 103 BNS ਜਿਹੜੀ ਕੀ ਹੈਗੀ ਉਹਦੇ 'ਚ ਅਸੀਂ ਮੁਕੱਦਮਾ ਦਰਜ ਕੀਤਾ ਸੀ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।